ਮੋਗਾ ਤੋਂ ਸਾਹਮਣੇ ਆ ਰਹੀ ਹੈ। ਮੋਗਾ ਨਜ਼ਦੀਕ ਭਿਆਨਕ ਸੜਕ ਹਾਦਸਾ ਵਾਪਰਿਆ ਹੈ। ਸ਼ਰਧਾਲੂਆਂ ਨਾਲ ਭਰੀ ਇੱਕ ਟੈਂਪੂ ਟਰੈਵਲਰ ਗੱਡੀ ਦਾ ਇੱਕ ਅਵਾਰਾ ਪਸ਼ੂ ਦੇ ਨਾਲ ਟੱਕਰ ਹੋਈ ਹੈ। 16 ਦੇ ਕਰੀਬ ਵਿਅਕਤੀ ਗੰਭੀਰ ਜ਼ਖਮੀ ਹੋਏ ਨੇ। ਇਲਾਜ ਦੇ ਦੌਰਾਨ ਡਰਾਈਵਰ ਦੀ ਮੌਤ ਹੋ ਗਈ। ਗੰਭੀਰ ਜ਼ਖਮੀਆਂ ਨੂੰ ਫਰੀਦਕੋਟ ਮੈਡੀਕਲ ਕਾਲਜ ਰੈਫਰ ਕੀਤਾ ਜਾ ਰਿਹਾ ਹੈ। ਜਾਣਕਾਰੀ ਅਨੁਸਾਰ ਮੋਗਾ ਦੇ ਪਿੰਡ ਖੌਂਸਾ ਰਣਜੀਤ ਕਲਾਂ ਦੇ ਦੋ ਪਰਿਵਾਰ, ਜਿਨ੍ਹਾਂ ਦੇ ਵਿੱਚੋਂ ਕੁਝ ਪ੍ਰਵਾਸੀ ਭਾਰਤੀ ਹਨ, ਇਹ ਲੋਕ ਅਨੰਦਪੁਰ ਅਤੇ ਫਤਿਹਗੜ੍ਹ ਸਾਹਿਬ ਦੀ ਯਾਤਰਾ ਦੇ ਲਈ ਗਏ ਸਨ ਅਤੇ ਆਪਣੇ ਪਿੰਡ ਵਾਪਸ ਪਰਤ ਰਹੇ ਸਨ ਤਾਂ ਅਚਾਨਕ ਹਾਦਸਾ ਵਾਪਰ ਗਿਆ। ਸਮਾਜ ਸੇਵੀ ਸੰਸਥਾ ਦੇ ਆਗੂਆਂ ਨੇ ਜ਼ਖਮੀਆਂ ਨੂੰ ਮੋਗਾ ਦੇ ਸਰਕਾਰੀ ਹਸਪਤਾਲ ਪਹੁੰਚਾਇਆ। ਇਲਾਜ ਦੌਰਾਨ ਟੈਂਪੂ ਚਾਲਕ ਦੀ ਮੌਤ ਹੋ ਗਈ ਹੈ ਤੇ ਗੰਭੀਰ ਰੂਪ ਦੇ ਵਿੱਚ ਜ਼ਖਮੀ ਲੋਕਾਂ ਨੂੰ ਵੀ ਫਰੀਦਕੋਟ ਰੈਫਰ ਕਰ ਦਿੱਤਾ ਗਿਆ ਹੈ। ਫਤਿਹਗੜ੍ਹ ਸਾਹਿਬ ਤੋਂ ਆ ਰਹੇ ਸੀ ਜੀ, ਖੌਂਸਾ ਤੋਂ। ਅੱਛਾ ਜੀ। ਅਤੇ ਰਾਹ ਦੇ ਵਿੱਚ ਗਾਂ ਮਰ ਗਿਆ। ਠੀਕ ਹੈ ਜੀ। ਗਾਂ ਨੂੰ ਵਿੱਚ ਵੱਜ ਕੇ ਗੱਲ। ਠੀਕ ਹੈ ਜੀ। ਸਾਰਾ ਪਰਿਵਾਰ ਸੀ ਸਾਡਾ, ਤਿੰਨ ਅਸੀਂ ਭਰਾ ਸੀ ਜੀ। ਇੱਕ ਸਾਡੀ ਨੂੰਹ ਸੀ, ਪੁੱਤ ਸੀ, ਦੋ ਦੋਹਾਂ ਦੇ, ਅਤੇ ਕੋਈ ਪੂਰੀ ਰਾਈ ਹੋਰ ਵੀ ਜ਼ਰੂਰ ਪਾ ਲਿਆ। ਠੀਕ ਹੈ। ਸਥਿਤੀ ਠੀਕ ਹੈ ਜੀ, ਹੁਣ ਸਾਰੇ ਠੀਕ ਹੈ? ਹਾਂਜੀ, ਸਾਡੇ ਸੱਟਾਂ ਆਉਣ ਦੇ ਬਾਅਦ ਵਾਹਿਗੁਰੂ ਮੇਰ ਕਰਨਗੇ। ਅਤੇ ਬੱਚੇ ਕਿੰਨੇ ਸੀ? ਬੱਚੇ ਸਾਡੇ ਸੀਗੇ 4 ਬੱਚੇ ਸੀ। ਅੱਛਾ। ਬਾਕੀ ਨਿੱਕੇ ਘਰ ਦਾ ਪੂਰਾ ਪਰਿਵਾਰ ਹੀ ਸੀ? ਸਾਰਾ ਪਰਿਵਾਰ ਹੀ ਸੀ, ਤਿੰਨ ਭਰਾ ਸੀ, ਤਿੰਨਾਂ ਦੇ ਜਵਾਬ। ਤੁਸੀਂ ਕੀ ਕਹਿਣਾ ਚਾਹੋਗੇ ਜਿਹੜੇ ਇੱਦਾਂ ਜਾਨਵਰ ਤੁਰੇ ਹੁੰਦੇ? ਜਾਨਵਰ ਮੈਂ ਇਹ ਕਹਿਣਾ ਚਾਹੁੰਦਾ ਵੀ ਜਿਹੜੇ ਇੱਕ ਵੇਰੀ ਨਹੀਂ ਮੇਰੇ ਜਾਨ ਵੱਜੀ ਸੀ, ਮੈਂ ਵੀ ਡਰਾਈਵਰੀ ਕਰਦਾ ਜੀ, ਸਾਡੀ ਵੀ ਮੇਰੇ ਬੱਚੀ, ਮੈਂ ਵੀ ਡਰਾਈਵਰੀ ਕਰਦਾ, ਇਹਨਾਂ ਦਾ ਤਾਂ ਮੈਂ ਕਹਿੰਦਾ ਬੁੱਟਰ ਖਾਣਾ ਲੈਣਾ। ਗਾਈਆਂ ਹਿੰਦੂ ਭਰਾ ਦਾ ਕਹਿੰਦੇ ਆ ਵੀ ਸਾਡੀ ਮਾਤਾ, ਪਰ ਮਾਤਾ ਮੰਨਦੇ ਅਸੀਂ ਮਾਤਾ, ਪਰ ਜੀ ਮਾਤਾ ਕੀ ਕਰੂ, ਤਾਂ ਕਿੰਨਾ ਨੁਕਸਾਨ ਕਰੂੰਗੇ ਬੰਦੇ ਦੀ ਜ਼ਿੰਦਗੀ ਨਾਲ, ਤਾਂ ਕੋਈ ਚੀਜ਼ ਬਣੀ। ਬਿਲਕੁਲ ਬਿਲਕੁਲ ਬਿਲਕੁਲ। ਬੰਦੇ ਹੁਣ ਤਾਂ ਤੁਹਾਨੂੰ ਮੁੰਡੇ ਦੀ ਮੌਤ ਹੋ ਗਈ, ਉਹ ਤਾਂ ਦੱਸੋ ਕਿੱਥੇ ਭਲਾਈ ਹੋ ਸਾਰੀ ਜ਼ਿੰਦਗੀ। ਬਿਲਕੁਲ। ਉਹ ਬੰਦੇ ਨਾਲ ਤਾਂ ਦੱਸ ਕੀ ਕਰੂ ਬੰਦਾ, ਉਹਦੇ ਜਵਾਕ ਹੀ ਨਿਕਲ ਗਿਆ ਕਰੂ, ਕੀ ਬੰਦਾ ਕਰੂੰਗਾ ਬੰਦੇ ਦੇ ਨਾਲ। ਮੈਂ ਤਾਂ ਕਹਿੰਦਾ ਇਹਨਾਂ ਦਾ ਨਾਲ ਗੌਰਮੈਂਟ ਨੂੰ ਭਾਰਾ ਹੀ ਹੋਣਾ ਚਾਹੀਦਾ। ਤੀਜੀ ਵਾਰ ਮੈਂ ਡਰਾਈਵਰ ਹੋਇਆ, ਤੀਜੀ ਵਾਰ ਮੇਰਾ ਇਹਨਾਂ ਨੂੰ ਗਾਂ ਦੇ ਨਾਲ ਬਹੁਤ ਮਾੜੀ। ਸਰਕਾਰ ਦਾਅਵੇ ਤਾਂ ਬਹੁਤ ਕਰਦੀ, ਦਾਅਵੇ ਤਾਂ ਬਹੁਤ ਕਰਦੀਆਂ ਜੀ, ਫੰਡ ਵੀ ਕਰ ਦਿੰਦਾ, ਫੰਡ ਵੀ ਕਰ ਦਿੰਦਾ, ਤਾਂ ਕੋਈ ਕਹਿੰਦੇ ਗਊ ਸ਼ਸਤਰ ਲੈਂਦੇ ਆ, ਗਊ ਸ਼ਸਤਰ ਲੈਂਦੇ ਆ ਬੀਮਾ ਦੇ। ਬਾਜੂ ਤੁਸੀਂ ਕਿੱਥੋਂ ਰਹਿਣ ਵਾਲੇ ਤੇ ਅੱਜ ਕਿੰਨੇ ਵਜੇ ਸੀ? ਤੇ ਹੁਣ ਇਸ ਟਾਈਮ ਤੁਹਾਡੇ ਕਿੰਨੇ ਕਿੰਨੇ ਮੈਂਬਰ ਆ ਜਿਹੜੇ ਸੱਟਾਂ ਲੱਗੇ ਨੇ? 16 ਤੋਂ 16 ਜਣੇ ਸੀ ਇਹ ਗੱਡੀ ਦੇ ਵਿੱਚ। ਬਾਕੀ ਸਰ ਮੈਂਬਰ ਠੀਕ ਹੈ? ਸੱਟਾਂ ਲੱਗੇ ਬਹੁਤ ਹੀ ਮੰਦਭਾਗੀ ਘਟਨਾ ਜੀ ਜਿਹੜੀ ਇਹ ਕਿ ਕਿਉਂਕਿ ਸਮਾਜ ਸੇਵਾ ਸੁਸਾਇਟੀ ਹਮੇਸ਼ਾ ਹੀ ਸੇਵਾ ਨੂੰ ਸਮਰਪਿਤ ਆ, ਅਤੇ ਜਿਹੜਾ ਕਿ ਮੈਂ ਗੱਲ ਕਰਾਂ ਇਹ ਪਰਿਵਾਰ ਖੋਸਿਆਂ ਤੋਂ ਸੀਗਾ ਅਤੇ ਜਿਹੜਾ ਕਿ ਸਰਹੰਦ ਯਾਤਰਾ ਵਾਸਤੇ ਗਿਆ ਸੀ ਗੁਰੂ ਸਾਹਿਬਾਂ ਦੇ ਦਰਸ਼ਨ ਕਰਕੇ, ਅਤੇ ਜਿਹੜੇ ਕਿ ਉੱਥੋਂ ਵਾਪਸ ਪਿੰਡਾਂ ਨੂੰ ਵਾਪਸ ਜਾ ਰਹੇ ਸੀ ਕਿ ਜਿਹੜਾ ਕਿ ਆਪਣਾ ਆਈ ਟੀ ਦੇ ਕੋਲ ਆ ਕੇ ਇੱਕ ਅਵਾਰਾ ਪਸ਼ੂ ਸੀ ਜਿਹੜੀ ਗਾਂ, ਇੱਕ ਤਾਂ ਮੂਹਰੇ ਆ ਗਈ ਜਿਹੜਾ ਕਿ ਡਰਾਈਵਰ ਕਹਿ ਲਓ ਜੋ, ਕਿਉਂਕਿ ਐਡਾ ਵੱਡਾ ਪਸ਼ੂ ਆ ਕੇ ਮੂਹਰੇ ਵਜੇ ਸੰਤੰਦ ਤਾਂ ਆਟੋਮੈਟਿਕ ਗੱਡੀ ਦਾ ਵਿਗੜ ਜਾਂਦਾ ਵਾ, ਅਤੇ ਜਿਹੜਾ ਕਿ ਉਹ ਗੱਡੀ ਇੰਨੀ ਕੁ ਜ਼ੋਰ ਨਾਲ ਘੁੰਮ ਗਈ ਕਿ ਗੱਡੀ ਉਲਟ ਗਈ, ਅਤੇ ਜਿਹੜੇ ਕਿ 10-12 ਜਿੰਨੇ ਵੀ ਯਾਤਰੀ ਸੀਗੇ, ਭੈਣਾਂ ਸੀ, ਬੱਚੇ ਸੀ, ਵੀਰ ਸੀਗੇ, ਅਤੇ ਉਹਨਾਂ ਦੇ ਬਹੁਤ ਸੱਟਾਂ ਲੱਗੀਆਂ,
ਅਤੇ ਉਸ ਤੋਂ ਬਾਅਦ ਜਿਹੜਾ ਕਿ ਡਰਾਈਵਰ ਡਰਾਈਵਰ ਦੀ ਇੱਥੇ ਆ ਕੇ ਜੀ ਮੌਕੇ 'ਤੇ ਡੈਥ ਹੋ ਗਈ ਆ ਅਤੇ ਉਹਨੂੰ ਮੋਰਚੇ ਦੇ ਵਿੱਚ ਰੱਖਿਆ ਗਿਆ ਅਤੇ ਬਾਕੀਆਂ ਦੀ ਗੰਭੀਰ ਸੱਟਾਂ ਲੱਗੀਆਂ ਜਿਹੜਾ ਕਿ ਜ਼ਿਆਦਾ ਸੱਟਾਂ ਜਿਹਦੇ ਹੁਣ ਉਹਨਾਂ ਨੂੰ ਹੁਣ ਰੈਫਰ ਕੀਤਾ ਜਾਊਗਾ। ਬੱਚੇ ਵੀ ਸੀਗੇ ਜੀ, ਬੱਚਿਆਂ ਦੇ ਵੀ ਸੱਟਾਂ ਲੱਗੀਆਂ, ਮਾਮਾ ਭੈਣਾਂ ਦੇ ਵੀ ਸੱਟਾਂ ਲੱਗੀਆਂ, ਜਿਹੜੇ ਵੀਰ ਆ ਉਹਨਾਂ ਦੇ ਵੀ ਸੱਟਾਂ ਲੱਗੀਆਂ, ਤਕਰੀਬਨ ਜਿੰਨੇ ਵੀ ਸੀਗੇ ਟੈਂਪੂ ਡਰਾਈਵਰ ਦੇ ਹਰੇਕ ਦੇ ਸੱਟ। ਅਸੀਂ ਸਰਹੰਦ ਤੋਂ ਆਏ ਸੀ ਗੁਰਦੁਆਰਾ ਸਾਹਿਬ ਤੋਂ ਮੱਥਾ ਟੇਕ ਕੇ ਘਰ ਨੂੰ ਜਾ ਰਹੇ ਸੀ, ਠੀਕ ਹੈ ਜੀ, ਅਤੇ ਮੂਹਰੇ ਗਾਂ ਆ ਗਈ ਜੀ, ਗਾਂ ਦੇ ਕਰਕੇ ਜਿਹੜੀ ਗੱਡੀ ਫਟ ਆ ਉਹ ਲੱਗ ਗਈ। ਕਿੰਨੇ ਜਾਣੇ ਸੀ? ਅਸੀਂ ਘਰ ਦੇ ਫੈਮਿਲੀ ਮੈਂਬਰ ਸੀਗੇ ਸਾਰੇ, 12-13 ਜਾਣੇ ਸੀਗੇ। ਕਿੱਥੇ ਹਾਦਸਾ ਹੋਇਆ? ਹਾਦਸਾ ਹੋਇਆ ਜੀ ITI ਦੇ ਲਾਂਘੇ ਹੋਇਆ, ਉੱਥੇ ਸਾਨੂੰ ਪਤਾ ਨਹੀਂ ਲੱਗਾ, ਡਰਾਈਵਰ ਦੱਸਦੇ ਆ ਵੀ ਗਾਂ ਅੱਗੇ ਆਈ ਕਰਕੇ ਉਹ ਪਾਰਟੀ ਲਾਗੇ ਕਰਕੇ ਉਸ ਤਰ੍ਹਾਂ ਮਿਲੇ। ਇੱਥੇ ਇੱਕ ਪਾਸੇ ਅਵਾਰਾ ਜਾਨਵਰ ਦੇ ਕਾਰਨ ਪਸ਼ੂ ਦੇ ਕਾਰਨ। ਮੋਗਾ ਤੋਂ ਬਿਊਰੋ ਰਿਪੋਰਟ, NC7 ਨਿਊਜ਼।